लेटेस्ट अपडेट सब तो पहला देखने लाई सब्सक्राइब करो चैनल पंजाब ते प्रेस करो बेल आइकन। लोकां दी भीड़ विच खड़िया एह व्यक्ति जो लोकां तो थप्पड़ खा रहा है एह कोई आम व्यक्ति नहीं है सगो पंजाब पुलिस दा एएसआई है। जी हां ठीक सुनिया तुसी ए जनाब पंजाब पुलिस दे एएसआई ने जिसकी शर्मनाक करतूत सुन के तुसी भी हैरान रह जाओगे। इस एएसआई दी कीती जा रही कुटमार पीछे की है पूरा मामला ए भी दस दें। पहला वेखो ए पूरी वीडियो। ਹੋਰ ਛੱਡ ਦੇ ਛੱਡਦੇ ਹੁਣ ਜਿੱਦਾਂ ਲਿਆ ਉੱਥੇ ਦੇ ਛੱਡੀ ਦੇ दरअसल इस एएसआई वालों चंडीगढ़ तो रूपनगर आ रही एक कुड़ी नाल छेड़छाड़ की गई। इस मामले बारे पीड़ित लड़की का कहना है कि ओह चंडीगढ़ तो रूपनगर आ रही सी ते बस विच ही इस एएसआई वालों उस नाल छेड़छाड़ कर बदतमीजी की गई। ते लड़की ने यह भी दसे कि उसने एएसआई नु रोकने की कोशिश भी की पर ओह नहीं मन्या जिस तो बाद लड़की ने अपने परिवारक मेंबरा कोल फोन कर दिता जिस तो बाद इस एएसआई दा चंगी तरह कटापा लाया गया। ਕਿਥੋਂ ਆ ਰਹੀ ਸੀ ਤੇ ਕੀ ਹੋਇਆ ਤੁਹਾਡੇ ਨਾਲ ਸਾਰਾ ਵਾਰ? ਮੈਂ ਚੰਡੀਗੜ੍ਹ ਤੋਂ ਰੋਪੜ ਆ ਰਹੀ ਸੀਗੀ। ਚੰਡੀਗੜ੍ਹ ਤੋਂ ਮੈਂ ਰੋਪੜ ਦੀ ਬੱਸ ਲਿੱਤੀ ਉੱਥੇ ਇਹ ਅੰਕਲ ਮੇਰੇ ਨਾਲ ਆ ਕੇ ਬਹਿ ਗਏ ਸੀਗੇ। ਪਹਿਲਾਂ ਖਰੜ ਤੱਕ ਮੈਨੂੰ ਕਦੀ ਮੋਢੇ ਮਾਰੀ ਗਏ ਕਦੀ ਬਾਹ ਮਾਰੀ ਗਏ। ਮੈਨੂੰ ਲੱਗਿਆ ਕਿ ਬੱਸ ਵਿੱਚ ਬੈਠੇ ਰੋਡ ਖਰਾਬ ਹੈ ਇਸ ਲਈ ਬਾਜ਼ੀ ਰੱਖ। ਖਰੜ ਆ ਕੇ ਇਹਨਾਂ ਨੇ ਜ਼ਿਆਦਾ ਹੀ ਬਦਤਮੀਜ਼ੀ ਸ਼ੁਰੂ ਕਰਤੀ। ਫਿਰ ਮੈਂ ਉਹਨਾਂ ਨੂੰ ਮਨਾ ਵੀ ਕੀਤਾ ਕਿ ਨਾ ਕਰੋ ਪਰ ਹਟੇ ਨਹੀਂ। ਫਿਰ ਕੁਰਾਲੀ ਤੱਕ ਮੈਂ ਆ ਕੇ ਆਪਣੇ ਭਾਈ ਨੂੰ ਮੈਸੇਜ ਕਰਤਾ ਕਿ ਬੱਸ ਸਟੈਂਡ ਤੇ ਆ ਜਾ ਕਿਉਂਕਿ ਉਹਨਾਂ ਨੇ ਵੀ ਰੋਪੜ ਹੀ ਉਤਰਨਾ ਤੇ ਉਹਨਾਂ ਦੀ ਟਿਕਟ ਤੋਂ ਮੈਂ ਦੇਖ ਲਿਆ ਸੀਗਾ। ਫਿਰ ਕੁਰਾਲੀ ਤੋਂ ਬਾਅਦ ਮੈਨੂੰ ਬਾਰ ਬਾਰ ਆਪਣਾ ਨੰਬਰ ਦੇ ਕੇ ਮੈਂ ਆਪਣਾ ਨੰਬਰ ਵੀ ਆਪਣੇ ਭਾਈ ਨੂੰ ਸੈਂਡ ਕਰਤਾ ਸੀਗਾ ਉਹਨਾਂ ਦਾ ਦੇਖ ਕੇ। ਫਿਰ ਜਦ ਰੋਪੜ ਆ ਕੇ ਬੱਸ ਰੁਕੀ ਉਹ ਮੇਰੇ ਤੋਂ ਪਹਿਲਾਂ ਉਤਰ ਕੇ ਉਧਰ ਨੂੰ ਚਲੇ ਗਏ। ਜਦੋਂ ਮੈਂ ਉਤਰੀ ਮੇਰੇ ਪਾਪਾ ਤੇ ਮੇਰਾ ਭਾਈ ਉੱਥੇ ਖੜੇ ਸੀਗੇ ਉਹਨਾਂ ਨੇ ਉਹਨੂੰ ਫੜ ਲਿਆ ਸੀਗਾ। ਫਿਰ ਕੀ ਕੀ ਕਹਿੰਦਾ ਕੀ ਸੀਗਾ? ਟੱਚ ਕਰ ਰਹੇ ਤੇ ਗਲਤ ਗਲਤ ਜਗ੍ਹਾ ਤੇ ਟੱਚ ਕਰ ਰਹੇ ਸੀਗੇ। ਦੂਜੇ ਪਾਸੇ ਐਸਐਚਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੀ ਨਾਲ ਛੇੜਛਾੜ ਦਾ ਮਾਮਲਾ ਦਰਜ ਸੀ ਤੇ ਏਐਸਆਈ ਨੇ ਮਾਫੀ ਵੀ ਮੰਗ ਲਈ ਹੈ। ਬਲਜਿੰਦਰ ਸਿੰਘ ਨਾਂ ਦੇ ਬੰਦੇ ਵੱਲੋਂ ਛੇੜਖਾਨੀ ਕਰਨ ਦੇ ਸੰਬੰਧ ਵਿੱਚ ਕੰਪਲੇਂਟ ਥਾਣੇ ਵਿੱਚ ਦਿੱਤੀ ਸੀ ਜਿਹਦੇ ਸੰਬੰਧ ਵਿੱਚ ਉਹਨਾਂ ਕਹਿੰਦਾ ਜਿਹਨਾਂ ਦਾ ਫੈਸਲਾ ਸ਼ਾਇਦ ਹੋ ਚੁੱਕਾ ਉਹ ਫੈਸਲਾ ਹੋ ਚੁੱਕਾ ਉਹਨਾਂ ਦਾ ਅਤੇ ਦੂਜੀ ਤਿੰਨ ਦੇ ਕੰਪਲੇਂਟ ਉਹਦੀ ਵਾਪਸ ਲੈ ਲਈ। ਉਹਨਾਂ ਦੇ ਮਾਫੀ ਨਾਮਾ ਲਿਖਾ ਕੇ ਇੱਕ ਵਾਰ ਉਹਨਾਂ ਨੂੰ ਭੇਜ ਦਿੱਤਾ ਗਿਆ ਸੀ। ਮਾਮਲਾ ਕੀ ਸੀਗਾ ਜੀ? ਮਾਮਲਾ ਕੁੜੀ ਦੀ ਛੇੜਖਾਨੀ। ਠੀਕ ਹੈ ਜੀ, ਕੁੜੀ ਕਿੱਥੇ ਦੀ ਸੀਗੀ ਅਤੇ ਕਿਹਨੇ ਛੇੜਖਾਨੀ ਕੀਤੀ ਜੀ? ਦੇਖੋ ਇਹ ਐਜ ਪਰ ਪ੍ਰੋਟੋਕੋਲ ਕੁੜੀ ਦਾ ਨਾਮ ਵਗੈਰਾ ਜੀ ਨਹੀਂ ਦੱਸ ਸਕਦੇ। ਹਾਂ, ਕੁੜੀ ਦੀ ਆਈਡੈਂਟੀ ਨਹੀਂ ਦੱਸ ਸਕਦੇ। ਅਤੇ ਕਿਸਨੇ ਛੇੜਖਾਨੀ ਕੀਤੀ ਸੀ ਜੀ ਉਸ ਦੇ ਬਾਰੇ? ਇਹ ਬਲਜਿੰਦਰ ਸਿੰਘ ਹੈਗੇ ਜੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਕਰਕੇ ਪੂਰੀ ਪੰਜਾਬ ਪੁਲਿਸ ਬਦਨਾਮ ਹੁੰਦੀ ਜਾ ਰਹੀ ਹੈ ਤੇ ਤਸਵੀਰਾਂ ਵਿੱਚ ਤੁਸੀਂ ਵੇਖ ਹੀ ਲਿਆ ਕਿ ਇਸ ਮੁਲਾਜ਼ਮ ਦੀ ਸ਼ਰਮਨਾਕ ਕਰਤੂਤ ਕਰਕੇ ਲੋਕਾਂ ਦੇ ਹੱਥ ਵੀ ਪੁਲਿਸ ਦੇ ਖੁੱਲਦੇ ਜਾ ਰਹੇ ਨੇ। ਸੋ ਲੋੜ ਹੈ ਅਜਿਹੇ ਪੁਲਿਸ ਮੁਲਾਜ਼ਮਾਂ ਨੂੰ ਥੋੜੀ ਸ਼ਰਮ ਕਰਨ ਦੀ ਜਿਸ ਕਾਰਨ ਪੂਰੀ ਪੰਜਾਬ ਪੁਲਿਸ ਬਦਨਾਮ ਹੁੰਦੀ ਨਜ਼ਰ ਆ ਰਹੀ ਹੈ। ਰੋਪੜ ਤੋਂ ਮਨਜੀਤ ਸਿੰਘ ਦੀ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। ਇਟਸ ਕੂਲ ਟੂ ਬੀ ਪੰਜਾਬੀ।